ਪੈਰਿਸ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਵੈੱਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ। ਜਿਹੜਾ ਪਾਣੀ ਲੱਗਿਆ ਸਾਡੇ ਪਿੰਡ ਨੂੰ, ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਹਾਂ। ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ, ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਅਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ, ਜਿਸ ਕਰਕੇ ਪਾਣੀ ਦਾ ਲੈਵਲ ਵੀ ਠੀਕ ਰਿਹਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬੱਚਤ ਵੀ ਹੋਵੇਗੀ, ਜਿਸ ਦੇ ਅਸੀਂ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ। ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ। ਜਿਹੜੀ ਇਹ ਭਗਵੰਤ ਮਾਨ ਨੇ ਸੂਏ ਪੱਕੇ ਕਰੇ, ਖਾਲਾ ਪੱਕੇ ਹੋਏ ਨੇ, ਪੈਪ ਦੱਬੇ ਨੇ, ਇਹਨਾਂ ਦਾ ਸਾਨੂੰ ਬਹੁਤ ਬੜਾ ਬੈਨੀਫਿਟ ਆ। ਪਹਿਲਾਂ ਪਾਣੀ ਨਹੀਂ ਤੀ ਜਾਂਦਾ ਸੀ ਸਿਰੇ, ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ, ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ। ਜਦੋਂ ਦਾ ਇਹ ਪੱਕਾ ਹੋਇਆ ਜੀ, ਪੈਪ ਦੱਬੇ ਗਏ ਨੇ, ਉਦਣ ਦਾ ਸਾਰੇ ਖੇਤਾਂ ਨੂੰ ਪਾਣੀ 100-200-250 ਕਿੱਲੇ ਤੱਕ ਪਾਣੀ ਜਾਣ ਲੱਗ ਗਿਆ ਜੀ, ਜਿੱਦਣ ਦੇ ਪੈਪ ਦੱਬੇ ਨੇ। ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ, ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ। ਫਸਲਾਂ ਦੀ ਸਿੰਚਾਈ ਲਈ 14,103 ਖਾਲਾਂ ਦੇ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ, ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਕੀ ਟੀਮ ਅੱਜ ਵਤਨ ਵਾਪਸ ਆ ਗਈ ਹੈ, ਜਿਸ ਦਾ ਦਿੱਲੀ ਏਅਰਪੋਰਟ ਤੇ ਦੇਸ਼ ਵਾਸੀਆਂ ਨੇ ਜ਼ੋਰਦਾਰ ਸਵਾਗਤ ਕੀਤਾ। ਇਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਨੂੰ ਦੇਖ ਕੇ ਹਰ ਭਾਰਤੀ ਦੇ ਚਿਹਰੇ ਤੇ ਖੁਸ਼ੀ ਤੇ ਇੱਕ ਅਲੱਗ ਹੀ ਉਮੰਗ ਨਜ਼ਰ ਆ ਰਹੀ ਹੈ, ਕਿਉਂਕਿ ਭਾਰਤ ਨੇ 52 ਸਾਲਾਂ ਬਾਅਦ ਲਗਾਤਾਰ 2 ਓਲੰਪਿਕ ਵਿੱਚ ਬੈਕ ਟੂ ਬੈਕ ਮੈਡਲ ਹਾਸਲ ਕੀਤੇ ਨੇ। ਇਸ ਤੋਂ ਪਹਿਲਾਂ ਭਾਰਤ ਨੇ 1968 ਦੇ ਵਿੱਚ ਮੈਕਸੀਕੋ ਓਲੰਪਿਕ ਅਤੇ 1972 ਵਿੱਚ ਮਿਊਨਿਕ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਅੱਜ ਭਾਰਤੀ ਹਾਕੀ ਟੀਮ ਦਾ ਪੈਰਿਸ ਤੋਂ ਵਾਪਸ ਆਉਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਹਾਕੀ ਟੀਮ ਨਾਲ ਮੁਲਾਕਾਤ ਕੀਤੀ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕੀ ਕੁਛ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਭਾਰਤ ਕੀ ਹਾਕੀ ਟੀਮ ਬ੍ਰੌਂਜ ਮੈਡਲ ਜਿੱਤ ਕੇ ਪੈਰਿਸ ਓਲੰਪਿਕ ਸੇ ਆਜ ਰਿਟਰਨ ਹੋਈ ਹੈ। ਸਭੀ ਸੇ ਮੇਰਾ ਮਿਲਣਾ ਹੁਆ, ਸਭੀ ਪਲੇਅਰ ਕੋ ਸ਼ੁਭੇਚਛਾ ਦੀ ਗਈ ਔਰ ਹਮਾਰੀ ਟੀਮ ਕੀ ਵਿਜੇਤਾ ਕੇ ਲੀਏ, ਯਾਨੀ ਕਿ ਵਿਜੇਤਾ ਹੋਣੇ ਕੇ ਲੀਏ, ਨਹੀਂ ਕੇਵਲ ਟੀਮ ਔਰ ਉਸਕੇ ਪਰਿਵਾਰ ਲੇਕਿਨ ਸਾਰੇ ਦੇਸ਼ ਗੌਰਵ ਮਹਿਸੂਸ ਕਰ ਰਹੇ ਹੈ, ਸ਼ੁਭੇਚਛਾ ਦੇ ਰਹੇ ਹੈ ਔਰ ਆਉਣ ਵਾਲੇ ਦਿਨੋਂ ਮੈਂ ਔਰ ਅੱਛੀ ਸਫਲਤਾ ਕੇ ਲਈ ਹਮ ਸਭੀ ਕੋ ਸ਼ੁਭਕਾਮਨਾ ਵੀ ਦੇਤੇ। ਪੈਰਿਸ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਅੱਜ ਵਤਨ ਵਾਪਸ ਆ ਗਈ ਹੈ, ਜਿਸ ਦਾ ਦਿੱਲੀ ਏਅਰਪੋਰਟ ਤੇ ਦੇਸ਼ ਵਾਸੀਆਂ ਨੇ ਜ਼ੋਰਦਾਰ ਸਵਾਗਤ ਕੀਤਾ। ਇਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਨੂੰ ਦੇਖ ਕੇ ਹਰ ਭਾਰਤੀ ਦੇ ਚਿਹਰੇ ਤੇ ਖੁਸ਼ੀ ਤੇ ਇੱਕ ਅਲੱਗ ਹੀ ਉਮੰਗ ਨਜ਼ਰ ਆ ਰਹੀ ਹੈ, ਕਿਉਂਕਿ ਭਾਰਤ ਨੇ 52 ਸਾਲਾਂ ਬਾਅਦ ਲਗਾਤਾਰ 2 ਓਲੰਪਿਕ ਵਿੱਚ ਬੈਕ ਟੂ ਬੈਕ ਮੈਡਲ ਹਾਸਲ ਕੀਤੇ ਨੇ। ਇਸ ਤੋਂ ਪਹਿਲਾਂ ਭਾਰਤ ਨੇ 1968 ਦੇ ਵਿੱਚ ਮੈਕਸੀਕੋ ਓਲੰਪਿਕ ਅਤੇ 1972 ਵਿੱਚ ਮਿਊਨਿਕ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਅੱਜ ਭਾਰਤੀ ਹਾਕੀ ਟੀਮ ਦਾ ਪੈਰਿਸ ਤੋਂ ਵਾਪਸ ਆਉਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਹਾਕੀ ਟੀਮ ਨਾਲ ਮੁਲਾਕਾਤ ਕੀਤੀ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕੀ ਕੁਛ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਭਾਰਤ ਕੀ ਹਾਕੀ ਟੀਮ ਬ੍ਰੌਂਜ ਮੈਡਲ ਜਿੱਤ ਕੇ ਪੈਰਿਸ ਓਲੰਪਿਕ ਸੇ ਆਜ ਰਿਟਰਨ ਹੋਈ ਹੈ। ਸਭੀ ਸੇ ਮੇਰਾ ਮਿਲਣਾ ਹੁਆ, ਸਭੀ ਪਲੇਅਰ ਕੋ ਸ਼ੁਭੇਚਛਾ ਦੀ ਗਈ ਔਰ ਹਮਾਰੀ ਟੀਮ ਕੀ ਵਿਜੇਤਾ ਕੇ ਲੀਏ, ਯਾਨੀ ਕਿ ਵਿਜੇਤਾ ਹੋਣੇ ਕੇ ਲੀਏ, ਨਹੀਂ ਕੇਵਲ ਟੀਮ ਔਰ ਉਸਕੇ ਪਰਿਵਾਰ ਲੇਕਿਨ ਸਾਰੇ ਦੇਸ਼ ਗੌਰਵ ਮਹਿਸੂਸ ਕਰ ਰਹੇ ਹੈ, ਸ਼ੁਭੇਚਛਾ ਦੇ ਰਹੇ ਹੈ ਔਰ ਆਉਣ ਵਾਲੇ ਦਿਨੋਂ ਮੈਂ ਔਰ ਅੱਛੀ ਸਫਲਤਾ ਕੇ ਲੀਏ ਹਮ ਸਭੀ ਕੋ ਸ਼ੁਭਕਾਮਨਾ ਵੀ ਦੇਤੇ ਹੈ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।